ਅੱਜ ਯੂਨਾਈਟਿਡ ਅਕਾਲੀ ਦਲ ਜੀ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਸੀ ਉਹਨਾਂ ਨੇ ਆਪਣਾ ਅਕਾਲੀ ਦਲ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਕੀਤਾ ਔਰ ਸਾਡੇ ਨਾਲ ਅਨਕੰਡੀਸ਼ਨ ਲਾ ਕੇ ਉਹਨਾਂ ਨੇ ਕਿਹਾ ਪੰਥ ਦੀ ਚੜ੍ਹਦੀ ਕਲਾ ਰਹੀ ਸੀ ਤੁਹਾਡੇ ਨਾਲ ਹਾਂ ਉਹ ਲੜ ਸਕਦੇ ਉਹਨਾਂ ਨੂੰ ਹੱਕ ਹੈ ਜੀ ਆਪਾਂ ਕੀ ਕਹਿ ਸਕਦੇ ਹੁਣ ਉਹ ਤਾਂ ਡੈਮੋਕਰੇਸੀ ਹਰੇਕ ਨੂੰ ਹੱਕ ਹੈ ਤੁਸੀਂ ਵੀ ਕਹਿ ਸਕਦੇ ਹੋ ਮੈਂ ਸਾਰੀਆਂ ਤਰ੍ਹਾਂ ਨਾਲ ਅੱਛਾ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੋਕਡਾਊਨ ਕਰੋਨਾ ਦੌਰਾਨ ਜਿਹੜੇ 2.5 ਲੱਖ ਜਿਹੜੇ ਨੌਜਵਾਨ ਹੈਗੇ ਆ ਬੇਰੁਜ਼ਗਾਰ ਹੋ ਗਏ ਆ ਔਰ ਪੰਜਾਬ ਸਰਕਾਰ ਦਾ ਕਹਿਣਾ ਵੀ 4 ਲੱਖ ਅਸੀਂ ਪ੍ਰਾਈਵੇਟ ਅਦਾਰੇ 'ਤੇ ਨੌਕਰੀਆਂ ਦਿੱਤੀਆਂ ਔਰ 50,000 ਦੇ ਕਰੀਬ ਜਿਹੜੀਆਂ ਸਰਕਾਰੀ ਅਦਾਰੇ 'ਚ ਨੌਕਰੀਆਂ ਦਿੱਤੀਆਂ ਮੈਂ ਤਾਂ ਹੈਰਾਨ ਹਾਂ ਜਿਹੜੇ ਪਹਿਲਾਂ ਨੌਕਰ ਸੀਗੇ ਉਹਨਾਂ ਨੂੰ ਕਹੀਏ ਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਸੀ ਪ੍ਰਾਈਵੇਟ ਤਾਂ ਹਟਾਏ ਨੇ ਲੋਕ ਪ੍ਰਾਈਵੇਟ ਤਾਂ ਹੁਣ ਹਟ ਕੇ ਹੁਣ ਤਾਂ ਪ੍ਰਾਈਵੇਟ ਸਾਰੀਆਂ ਫੈਕਟਰੀਆਂ ਬੰਦ ਉਹਨੇ ਕਿੱਥੋਂ ਸਰਕਾਰੀ ਕੱਢੀ ਕਿੱਥੋਂ ਸਰਕਾਰੀ ਕੋਈ ਸਰਕਾਰ ਆਪਦੇ ਕੱਢੀ ਜਾ ਰਹੀ ਹੈ ਹੁਣ ਕੌਣ ਉਹਨਾਂ ਨੂੰ ਉਹਨਾਂ ਤੁਸੀਂ ਪੁੱਛੋ ਉਹਨਾਂ ਤੋਂ ਵੀ ਦੱਸੋ ਤਾਂ ਸਹੀ ਕੋਈ ਲਿਸਟ ਤਾਂ ਦਿਓ ਕਹਿਣ ਤਾਂ ਕਹਿਣ ਨੂੰ ਤਾਂ ਕੋਈ ਕੁਛ ਕਹੀ ਜਾਵੇ ਉਹਨਾਂ ਨੇ ਸਾਰਾ ਪਾਰਟੀ ਆਪਦੀ ਤੋੜ ਕੇ ਉਹਨਾਂ ਦੇ ਸਾਰੇ ਸਾਥੀ ਅੱਜ ਤਾਂ ਥੋੜ੍ਹੇ ਬੁਲਾਏ ਸੀ ਕਿਉਂਕਿ ਕਰੋਨਾ ਕਰਕੇ ਅਸੀਂ ਕਿਹਾ ਸੀ ਬਹੁਤਾ ਇਕੱਠ ਨਹੀਂ ਕਰਨਾ ਇਕੱਠ ਉਹਨਾਂ ਨੇ ਕਰਿਆ ਸੀ ਉਹਨਾਂ ਨੇ ਸਾਰੇ ਸਾਡੇ ਨਾਲ ਲੜੇ ਔਰ ਉਹਨਾਂ ਨੇ ਸਾਰੀ ਪਾਰਟੀ ਤੋੜ ਕੇ ਅਨਕੰਡੀਸ਼ਨ ਸਾਡੇ ਨਾਲ ਲੜੇ ਨੇ ਇਸ ਤੋਂ ਪਹਿਲਾਂ ਜਿੰਨੇ 20 ਤਕਰੀਬਨ ਸਾਰੀਆਂ ਜਿਹੜੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਸੀ ਜਿਹਨਾਂ ਦੇ ਪ੍ਰਧਾਨ ਸੀਗੇ ਇੱਕ ਦੋ ਨੂੰ ਛੱਡ ਕੇ ਉਹ ਵੀ ਤਕਰੀਬਨ ਸਾਰਿਆਂ ਨੇ ਇਕੱਠੇ ਹੋ ਕੇ ਆ ਕੇ ਮੈਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਹਾਡੀ ਰਣਨੀਤੀ ਕੀ ਹੈ ਰਣਨੀਤੀ ਪਾਰਟੀ ਬਣਾਏਗੀ ਟੂ ਦੇ ਰਣਨੀਤੀ ਸਾਨੂੰ ਬਣਾਏਗੀ ਥੈਂਕ ਯੂ